ਬਾਕੀ ਲੋਕ ਵੀ ਜਿਹਨਾਂ ਨੇ ਫੈਸਲਾ ਕੀਤਾ ਬਾਕੀ ਜਿਹੜੇ 16 ਜੱਜਸ ਹਨ ਉਹਨਾਂ ਨੇ ਵੀ ਜਿਹੜਾ ਨਾ ਇਹ ਫੈਸਲਾ ਕੀਤਾ ਕਿ ਉਹ ਵੀ ਸ਼ਾਇਦ ਆਪਣੇ ਜਿਹੜਾ ਨਾ ਇਹ ਫਰਾਇਜ਼ ਜਿਹੜਾ ਨਾ ਸਰ ਅੰਜਾਮ ਨਾ ਦੇਵਨ ਕੱਲ ਉਹਨਾਂ ਦੇ ਇਜਾਜ਼ ਵਿੱਚ ਡਿਸਟ੍ਰਿਕਟ ਬਾਹਰ ਵਿੱਚ ਵਕਲਾ ਦੁਬਾਰਾ ਜਿਹੜਾ ਨਾ ਇਕੱਠੇ ਥੀਂਦੇ ਪੈਣ ਮੈਂ ਸਮਝਦਾ ਕਿ ਉਹਨਾਂ ਕੋ ਮੈਂ ਖਰਾਜ ਤਹਿਸੀਨ ਪੇਸ਼ ਕਰਨਾ ਵਕਲਾ ਕੋ ਜਿਹਨਾਂ ਨੇ ਫੌਰੀ ਤੌਰ ਤੇ ਕੱਲ ਮੁਹੰਮਦ ਕਲੀਮ ਦੇ ਇਜਾਜ਼ ਵਿੱਚ ਡਿਸਟ੍ਰਿਕਟ ਬਾਹਰ ਵਿੱਚ ਇੱਕ ਤਕਰੀਬ ਦਾ ਵੀ ਇਨਾਕਾਦ ਕਰਨ ਦਾ ਐਲਾਨ ਕੀਤੇ ਔਰ ਕੱਲ ਉਹਨਾਂ ਦੇ ਇਜਾਜ਼ ਵਿੱਚ ਤਕਰੀਬ ਸੀ ਉਹਨਾਂ ਦੇ ਫੈਸਲੇ ਦੀ ਹੌਸਲਾ ਅਫਜ਼ਾਈ ਕੀਤੀ ਹੋਈ ਸੀ ਉਹ ਫੈਸਲੇ 'ਚ ਵਕਲਾ ਇੱਕ ਦਫ਼ਾ ਵੱਲ ਮੈਂ ਸਮਝਦਾ ਕਿ ਇਕੱਠੇ ਥੀਂਦੇ ਪਏ ਨਾ ਸਿਰਫ ਵਕਲਾ ਬਲਕਿ ਇਨਕਾਜ਼ ਵਾਸਤੇ ਇੱਕ ਦਫ਼ਾ ਵੱਲ ਤੁਸੀਂ ਦੇਖੋ ਕਿ ਕੌਮ ਇਕੱਠੀ ਥੀ ਸੀ ਅੱਛਾ ਕੌਮ ਦਾ ਨਾਂ ਤਾਂ ਗਿੰਦੇ ਪਏ ਹੋ ਸ਼ਕੀਲ ਵਕਲਾ ਦਾ ਵੀ ਗਿੰਦੇ ਪਏ ਹੋ ਪਾਕਿਸਤਾਨੀ ਮੀਡੀਆ ਦਾ ਜ਼ਰਾ ਰੋਲ ਰਹੇ ਕਿ ਬੜਾ ਡਿਸਅਪਾਇੰਟਿੰਗ ਜਿਹਾ ਪਿਆ ਮੈਂ ਡਿਠਾ ਇੱਕ ਮਾਫ ਰੋਲ ਹੈ ਬੜਾ ਮਾਯੂਸ ਰੋਲ ਹੈ ਸੂਬਾ ਦਾ ਇਹ ਸਾਰਾ ਟ੍ਰੈਡਿੰਗ ਨਿਜ਼ਾਮ ਇਹ ਚੱਲਦਾ ਪਿਆ ਹੈ ਪਹਿਲੇ ਲਈਆ ਦੇ ਜੱਜ ਨੇ ਅਸਤੀਫਾ ਦਿੱਤੇ ਉਹ ਤੋਂ ਬਾਅਦ ਮੁਲਤਾਨ ਦੇ ਜੱਜ ਨੇ ਅਸਤੀਫਾ ਦਿੱਤੇ ਤੁਸੀਂ ਇਹ ਦੇਖੋ ਜਿਹੜੇ ਲਈ ਵਕਲ ਅਦਲੀਆ ਦੀ ਬਹਾਲੀ ਦੀ ਤਹਿਰੀਕ ਚੱਲਦੀ ਪਈ ਇਫਤਖਾਰ ਮੁਹੰਮਦ ਚੌਧਰੀ ਸਾਹਿਬ ਜਿਹੜੇ ਚੀਫ ਜਸਟਿਸ ਇਨ ਪਾਕਿਸਤਾਨ ਦੇ ਉਹਨਾਂ ਕੋਲ ਜਿਹੜੇ ਲਈ ਹਟਾਇਆ ਗਿਆ ਇੱਕ ਸਿਵਲ ਜੱਜ ਨੇ ਅਸਤੀਫਾ ਦਿੱਤਾ ਸੀ ਔਰ ਉਹ ਹੀਰੋ ਬਣ ਗਏ ਔਰ ਸਾਰਾ ਦਾ ਮੀਡੀਆ ਉਹਦੇ ਪਿੱਛੋਂ ਹੀ ਲੇਕਿਨ ਇਹ ਵੇਲੇ ਤੱਕ ਦੋ ਜੱਜ ਆਪਣੇ ਇਨਸਾਫ ਦੇ ਵਾਸਤੇ ਅਸਤੀਫਾ ਦੇ ਚੁੱਕੇ ਹਨ ਕਈ ਮੀਡੀਆ ਨੇ ਸਿਵਾਏ ਟਿੱਕਰ ਚਲਾਉਣ ਦੇ ਹੁਣ ਤੱਕ ਕਈ ਖਬਰ ਫਾਈਲ ਨਹੀਂ ਕੀਤੀ ਇੰਤਹਾਈ ਮਾਯੂਸਕੁਨ ਰੋਲ ਹੈ ਮੀਡੀਆ ਦਾ ਅੱਛਾ ਸ਼ਕੀਲ ਸਾਹਿਬ ਜੱਜੇ ਸਹਿਬਾਨ ਨੇ ਤਾਂ ਇਨਸਾਫ ਨਾ ਮਿਲਣ ਦੇ ਉੱਤੇ ਰਿਜ਼ਾਈਨ ਕਰ ਦਿੱਤੇ ਤੁਹਾਡੇ ਮੁਲਤਾਨ ਦੇ ਜਿਹੜੇ MNA ਸੈਨੇਟਰ ਸਹਿਬਾਨ ਔਰ MPA ਸਹਿਬਾਨ ਨੇ ਉਹਨਾਂ ਦੇ ਤਰਫੋਂ ਕੋਈ ਅਸਤੀਫਾ ਨਹੀਂ ਆਇਆ ਕਿਦਾਂ ਹੀ ਨਹੀਂ ਆਇਆ ਚਾਹੇ ਬਜਟ ਚੋਂ ਪੰਜਾਬ ਦੇ ਬਜਟ ਚੋਂ 175 ਅਰਬ ਚੋਂ 5 ਅਰਬ ਰੁਪਏ ਭਿਜਵਾਏ ਵੰਜਨ ਪੂਰੇ ਸਾਊਥ ਕੀਤੇ ਨਾ ਕੋਈ ਰਿਜ਼ਾਈਨ ਕਰੇਂਦੇ ਨਾ ਕੋਈ ਪ੍ਰੋਟੈਸਟ ਕਰੇਂਦੇ ਆਇਨੀ ਤਰਮੀਮ ਦਾ ਸਿਲਸਿਲਾ ਸ਼ੁਰੂ ਥੀ ਵੇ ਅਗਰ ਸਰੈਕੀ ਸੂਬਾ ਜਾਂ ਬਹਾਵਲਪੁਰ ਸੂਬਾ ਸ਼ਾਮਿਲ ਨਾ ਖਬਰਾਂ ਆਵੇਨ ਦੈਨ ਵੀ ਕੋਈ ਰਿਜ਼ਾਈਨ ਕਰਨ ਕੋ ਤਿਆਰ ਕੋਈ ਨਹੀਂ ਅਸਤੀਫਾ ਦੇਣ ਕੋ ਤਿਆਰ ਕੋਈ ਨਹੀਂ ਕਿਆ ਵਜ੍ਹਾ ਸੀ ਔਰ ਸਰ ਇਹ ਸਿਰਫ ਆਪਣੇ ਆਕਾ ਦੇ ਗੁਲਾਮ ਹਨ ਵੀ ਆ ਕੁਝ ਵੀ ਕਹਿਣੀ ਇਹਨਾਂ ਕੋ ਆਵਾਮ ਦੇ ਨਾਲ ਕੋਈ ਸਰੋਕਾਰ ਕਹਿਣੀ ਇਹਨਾਂ ਕੋ ਆਪਣੀ ਪਾਰਟੀ ਔਰ ਆਪਣੀ ਸੀਟ ਔਰ ਆਪਣੀ ਟਿਕਟ ਅਜ਼ੀਜ਼ ਹੈ ਅੱਜ ਇਹ ਰਿਜ਼ਾਈਨ ਕਰੇ ਸਨ ਇਹਨਾਂ ਕੋ ਪਤਾ ਹੈ ਜਿਹੜੀ ਇਹ ਪਾਰਟੀ 'ਚ ਖੜੇ ਨੇ ਕੱਲ੍ਹ ਉੱਥੋਂ ਇਹਨਾਂ ਕੋ ਟਿਕਟ ਨਾ ਮਿਲ ਸੀ ਇਹਨਾਂ ਕੋ ਆਪਣੇ ਉੱਤੇ ਇਤਮਾਦ ਕਹਿਣੀ ਇਹ ਨਾ ਆਵਾਮ ਨਾਲ ਮੁਖਲਿਸ ਹਨ ਨਾ ਆਪਣੇ ਆਪ ਨਾਲ ਮੁਖਲਿਸ ਹਨ ਲੇਕਿਨ ਇਨਸ਼ਾਅੱਲਾ ਆਉਣ ਵਾਲਾ ਵਕਤ ਇਹ ਫੈਸਲਾ ਕਰੇ ਸੀ ਜਿਹੜਾ ਲੋਕ ਖਿੱਤੇ ਦੀ ਆਵਾਮ ਦੀ ਹਕੂਕ ਵਾਸਤੇ ਆਵਾਜ਼ ਨਹੀਂ ਉਠਾਉਂਦੇ ਪਏ ਇਨਸ਼ਾਅੱਲਾ ਉਹ ਜਿਹੜਾ ਨਾ ਤੁਸੀਂ ਦੇਖ ਸੋ ਕਿ ਮੁਸਤਰਦ ਥੀ ਸਨ ਔਰ ਨਵੇਂ ਲੋਕ ਨਵੇਂ ਚਿਹਰੇ ਸਾਹਮਣੇ ਆ ਸਨ ਤੁਹਾਡੇ ਚੈਨਲ ਨੇ ਜਿਹੜਾ ਖਾਸ ਤੌਰ ਤੇ ਜਨੂਬੀ ਪੰਜਾਬ ਦੇ ਹਵਾਲੇ ਨਾਲ ਇੱਕ ਕਾਲ ਸ਼ੁਰੂ ਕੀਤੇ ਇਨਸ਼ਾਅੱਲਾ ਇੱਕ ਤਕਵੀਅਤ ਮਿਲ ਸੀ ਔਰ ਕਾਮਯਾਬ ਥੀ ਸੀ ਇਨਸ਼ਾਅੱਲਾ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤੁਹਾਡੀ ਜੀ ਸਰ ਅੱਛਾ ਭਾਈ ਜਨ ਮੈਂ ਕੁਝ ਕਾਗਜ਼ ਚਾਹੀਂ ਇਹ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੀ ਲਿਸਟ ਹੈ ਭਾਈ ਔਰ ਇਹਨਾਂ ਨੈਸ਼ਨਲ ਅਰਾਕੀਨ ਅਸੈਂਬਲੀ ਚੋਂ ਅਸਰ ਰਿਆਜ਼ ਪੀਰਜ਼ਾਦਾ ਸਾਹਿਬ ਦਾ ਨਾਮ ਗਿਣਵਾਉਣੇ ਬਹਾਦਰ ਖਾਨ ਸੀਹਟ ਸਾਹਿਬ ਦਾ ਨਾਂ ਗਿਣਵਾਉਣੇ ਆ ਜਹਾਂਗੀਰ ਤਰੀਨ ਸਾਹਿਬ ਦਾ ਨਾਂ ਗਿਣਵਾਉਣੇ ਆ ਗਿਲਾਨੀ ਸਾਹਿਬ ਦਾ ਨਾਂ ਗਿਣਵਾਉਣੇ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਕੋ ਕਹੀਂ ਮੇਰੇ ਹੱਥ ਪੈਰ ਮਾਰ ਦਿੱਤਾ ਕਿ ਸੀ ਕਿੱਥਾਂ ਹੀ ਵੇ ਇਹ ਬਾਕੀ ਜਿਹੜੇ 48 ਜਾਂ 45 ਹਿੰਦ ਪਏ ਗੁਮਨਾਮ ਸਿਪਾਹੀ ਨਾ ਜਿਹੜੇ ਅਸੈਂਬਲੀ 'ਚ ਬੋਲੇਂਦੇ ਨਾ ਆਇਨੀ ਤਰਮੀਮ ਦੇ ਉੱਤੇ ਬੋਲੇਂਦੇ ਨਾ ਇਹ ਹਲਕਿਆਂ ਦੇ ਕਿਤੇ ਬੋਲੇਂਦੇ ਨਾ ਇਹ ਬਜਟ ਦੇ ਉੱਤੇ ਬੋਲੇਂਦੇ ਨਾ ਇਹ NFC ਅਵਾਰਡ ਦੇ ਉੱਤੇ ਬੋਲੇਂਦੇ ਇਹ ਕਿੱਥੇ ਹਨ ਇਹ ਗੁੰਮ ਹਨ ਇਹ ਲਾਪਤਾ ਇਹ ਆਪਣੇ ਕਿਹੜੇ ਏਰੀਏ 'ਚ ਇਹ ਬਰੇਕ ਖਿੰਗੇ ਨੂੰ ਤੇ ਇਹ ਮੈਂ MPA ਸਹਿਬਾਨ ਦਾ ਵਿੱਚ ਆਇਆ ਪਲੰਦਾ ਇਹ ਜੋ 8 ਸਫ਼ੇ ਹਨ ਇਹ ਸਿਰਫ ਉਹਨਾਂ ਦੇ ਨਾਂ ਹਨ ਇਤਨੇ ਭਾਰੀ ਬਰਕਮ ਇਹ 8 ਸਫ਼ਿਆਂ ਦੇ ਜਿੰਨਾ ਸਹਿਬਾਨ ਦੇ ਨਾਂ ਹਨ ਉਹਨਾਂ ਕੋ ਵੀ ਪਤਾ ਹੈ ਕਿ ਇਸਲਾਮਾਬਾਦ ਦੇ ਅੰਦਰ ਮਰਕਜ਼ ਦੇ ਅੰਦਰ ਕੋਈ ਆਇਨੀ ਤਰਮੀਮ ਆਉਣੀਆਂ ਪੈਣ ਉਹਦੇ ਵਿੱਚ 10 ਕਰੋੜ ਵਾਲੇ ਸੂਬੇ ਦਾ ਤਹਫੁਜ਼ ਕੀਤਾ ਪੈਂਦਾ ਪਏ ਔਰ ਉਹਦੇ ਤਹਫੁਜ਼ ਦੀ ਖਾਤਰ ਬੁਲੰਦੋ ਬਾਂਗ ਦਲਾਇਲ ਪੇਸ਼ ਕੀਤੇ ਪੈਂਦੇ ਪੈਣ ਇਹ ਜਿਹੜੇ ਦਾਅਵੇਦਾਰ ਇਨਸਾਨ ਦੇ ਇਹ ਕਿੱਥੇ ਹਨ ਕਿਆ ਸਿਰਫ ਮਖਦੂਮ ਜਵੇਦ ਹਾਸ਼ਮੀ ਸਾਹਿਬ ਹਨ ਮੁਲਤਾਨ ਨੇ ਜਾਂ ਬਾਕੀ ਵੀ ਹਨ ਤੇ ਬ੍ਰੇਕ ਹੀ ਗਿਣ ਲੈਣ ਨੂੰ ਤੇ ਬ੍ਰੇਕ ਤੋਂ ਬਾਅਦ ਸਹੀ ਆਸੂ ਤੁਹਾਡੇ ਜਿਹੜੇ ਨੁਮਾਇੰਦੇ ਹਨ ਪਏ ਅੱਜ ਉਹਨਾਂ ਦੇ ਨਾਂ ਤੋਂ ਕੋ ਮੈਂ ਪੜ੍ਹ ਕੇ ਸੁਣੇ ਸਾਂ ਤੁਸੀਂ ਇਰਦ ਗਿਰਦ ਨਜ਼ਰ ਮਰਾਏ ਤੋਂ ਕੋ ਕਿਤੇ ਨਜ਼ਰ ਆਨੇ ਜਾਂ ਉਹ ਲਾਹੌਰ ਹਨ ਇਸਲਾਮਾਬਾਦ ਹਨ ਜਾਂ ਕਿੱਥੇ ਹਨ ਉਹਨਾਂ ਦਾ ਕੋਈ ਪਤਾ ਤਾਲਿਆਂ ਨੇ ਜਿਵੇਂ ਇਸ਼ਤਿਹਾਰ ਆਪਣੇ MNA ਦਾ ਸ਼ਾਇਕ ਰਹਿਣਾ ਅਖਬਾਰ ਹੈ ਪਿਛਲੀ ਮਾਰ ਕਿ ਜਿੱਥਾਂ ਵਦੇ ਜਹਾਂ ਹੈ ਜੈਸਾ ਕਿ ਬੁਨਿਆਦ ਪਰ ਵਾਪਸ ਆ ਜਾਂ ਕੁਝ ਨਹੀਂ ਕਰ ਨਹੀਂ ਸਾ ਕੋ ਦੱਸੇ ਨਾ ਵੀ ਅਸਾਂ ਬ੍ਰੇਕ ਕਿਨ ਕਿਨ ਵਾਪਸ ਆ ਕੇ ਕਰਾਂਗੇ ਬ੍ਰੇਕ ਤੋਂ ਬਾਅਦ ਸੀ ਇਹਨਾਂ ਦਾ ਡਿਸਕਸ ਕਰਾਂਗੇ